खालसा वाहेगुरु जी की फतेह। वाहेगुरु जी का खालसा। वाहेगुरु की बनाया अज मेरिया धीआं ने मैनूं सुणन च आया कहिंदे आलू बैग ने सब्जी बनाई। किने बनाई आ? पक्की गल आ? बहुत सोहना लगे। वाहेगुरु मेहर करे मेरिया धीआं नूं। सिख लो कुड़ियो, तुसीं वी सिख लो। साहिब जी तों दीदी हुणा तों आरती देख ला। तील दी तों चटीर हाली आ गई। सच्चा पातशाह मेहर करी तंदुरुस्ती बख्शी। ये पहला नवाला जिहड़ा थोड़े हाथ दा खा रहा मैं। एक मैं उदन छकिया सी जिदन लैण गए ना साक्षी, साग बनाई बैठी सी, वो मैं सवाद देखिया सी उहदा। मैं माड़ा जिहा बहुत खुशी हो रही है अज मैं पता नहीं। बहुत सवाल है सच्ची, मजाक नहीं कर रहा सच्ची में। बहुत टेस्टी है। क्लैपिंग। बहुत चंगा लग्या अज ये सब्जी खांदे देख के। शायद तुसी भी सोच रहे होंगे भाई खालसा भाई फतेह, सारे सोचते होंगे भी ये जी की स्पैशलिटी है इस सब्जी के। सब तो बड़ी एक स्पैशल गल यह आ भी साडियां मनुखता की सेवा परिवार दियां धीआं ने बनाई है सब्जी। ये सब्जी साक्षी ने, तानिया ने ते साडी कविता ने, तिना जनिया ने रल के अज आलू बैंगनी की सब्जी बनाई है। हुण इन्हां नूं देख के अगे जाग लगेगा जिवें आरती आ कविता वा। साहिबजोत कित्थे आ? इहदे साहिबो साडी साहिबजोत आ, साडी प्रीति आ, अगों सुखमणी भी आ। इधर लैओ भीर जी सुखमणी नूं। इन्हां नूं भी महाराज अगे साडियां धीआं नूं इह सब्जी दाल बनाउणी रोटी बनाउणी। वैसे तां मर्द नूं बंदे नूं भी आउणी चाहीदी, मुंडिआं नूं भी आउणी चाहीदी, कोई जरूरी नहीं कुड़ियां वास्ते ही अज दा टाइम इदां दा चल रिहा। पर असीं जिहड़े सभ्याचार च रहिंदे आ पंजाब दीआं, ਉਹ ਸਾਡੀਆਂ ਜਿਹੜੀਆਂ ਪੁਰਾਣੀਆਂ ਮੁੱਢ ਕਦੀਮਾਂ ਤੋਂ ਚੱਲੀਆਂ ਆ ਰਹੀਆਂ ਜਿਹੜੀਆਂ ਉਹਨਾਂ ਗੱਲਾਂ ਦੇ ਵਿੱਚੋਂ ਇੱਕ ਜ਼ਰੂਰੀ ਗੱਲ ਆ ਵੀ ਸਾਡੀਆਂ ਧੀਆਂ ਨੂੰ ਦਾਲ ਸਬਜ਼ੀ ਬਣਾਉਣੀ ਆਉਣੀ ਚਾਹੀਦੀ ਹੈ। ਹੁਣ ਛੁੱਟੀਆਂ ਵਾਂ, ਛੁੱਟੀਆਂ ਦੇ ਵਿੱਚ ਸਤਵੀਰ ਭੈਣ ਹੁਣੀ ਸਾਰਿਆਂ ਨੇ ਰਲ ਕੇ ਮੰਮੀ ਹੁਣਾਂ ਨੇ ਧੀਆਂ ਨੂੰ ਕਿਹਾ ਵੀ ਤੁਸੀਂ ਵਿਹਲੀਆਂ ਵਾਂ ਤਾਂ ਹੁਣ ਘੰਟਾ ਕਿਚਨ ਦੇ ਵਿੱਚ ਵੀ ਲਾਇਆ ਕਰੋ, ਸਬਜ਼ੀ ਦਾਲ ਬਣਾਉਣੀ ਸਿੱਖ ਲਓ। ਅਤੇ ਅੱਜ ਇਹਨਾਂ ਨੇ ਬਣਾਈ ਤਾਂ ਕੱਲ੍ਹ ਵੀ ਸੀ ਹੈ ਨਾ, ਕੱਲ੍ਹ ਅਸੀਂ ਹੈ ਨਹੀਂ ਸੀ ਇੱਥੇ ਹੈ ਨਾ, ਅਤੇ ਲੇਟ ਆਏ ਕਾਫੀ ਜ਼ਿਆਦਾ ਰਾਤ। ਅਤੇ ਅੱਜ ਫਿਰ ਇਹਨਾਂ ਨੇ ਆਲੂ ਬੈਂਗਣੀ ਦੀ ਸਬਜ਼ੀ ਬਣਾਈ ਹੈ ਮੇਰੀਆਂ ਧੀਆਂ ਨੇ, ਅਤੇ ਅਸੀਂ ਛੱਕ ਰਹੇ ਹਾਂ। ਬਹੁਤ ਸਵਾਦ ਆ, ਬਹੁਤ ਹੀ ਜ਼ਿਆਦਾ ਸਵਾਦ ਆ। ਜੇ ਕਿਤੇ ਛਕਣੀ ਹੈ ਤੁਸੀਂ ਸਾਡੀ ਸਾਕਸ਼ੀ ਦੀ, ਤਾਨੀਆਂ ਦੀ ਅਤੇ ਕਵਿਤਾ ਦੇ ਹੱਥ ਦੀ ਦਾਲ ਸਬਜ਼ੀ, ਜ਼ਰੂਰ ਆਓ ਸੁਪਨਿਆਂ ਦੇ ਘਰ 'ਚ ਵਿਜ਼ਿਟ ਕਰਕੇ ਜਾਓ। ਤੇ ਤੁਹਾਨੂੰ ਸਾਡੀਆਂ ਧੀਆਂ ਦੇ ਹੱਥਾਂ ਦੀ ਬਣੀ ਹੋਈ ਕੋਈ ਵੀ ਡਿਸ਼ ਜ਼ਰੂਰ ਮਿਲੂਗੀ। ਕਿਉਂ ਵੀ ਪੁੱਤਰੋ ਠੀਕ ਆ? ਹਾਂ ਵੀ ਕਵਿਤਾ ਠੀਕ ਆ ਪੁੱਤ? ਆਪਣੇ ਦੂਜੇ ਸਾਹਿਬਜੋਤੂ ਹਾਂ ਵੀ ਪਾਰੋ? ਹਾਂ ਪ੍ਰੀਤਿਆ ਠੀਕ ਆ? ਪੱਕਾ ਠੀਕ ਆ? ਇੱਦਾਂ ਨਹੀਂ ਖੜੀ ਦੇਣਾ ਥੱਲੇ ਕਰ ਹੱਥ। ਹਾਂ ਹਾਂ ਸਿਮਰਨ, ਇਹ ਸਾਡੀ ਸਿਮਰਨ ਆ। ਹਾਂ ਵੀ ਸਾਹਿਬਜੋਤਿਆ ਉਰੇ ਆ। ਸਵਾਦ ਆ ਇਹਨਾਂ ਨੇ ਬਣਾਈ ਹੈ ਸਬਜ਼ੀ, ਸਵਾਦ ਆ, ਸਵਾਦ ਆ ਨਾ। ਆ ਰਹੇ ਰਾਜ ਕੁਮਾਰ, ਆ ਦੀਦੀ ਉਹਨਾਂ ਨੇ ਸਬਜ਼ੀ ਬਣਾਈ, ਖਾ ਕੇ ਦੇਖ ਤਾਂ ਸਵਾਦ ਆ। ਦੇਖ ਤਾਂ ਕਿਵੇਂ ਆ, ਸਵਾਦ ਆ। ਹਾਂ ਬਈ ਖਿਚੜੀ ਖਾਧੀ ਸੀ ਤੂੰ? ਦੇਖ ਤਾਂ ਜਿਹਨ ਸਵਾਦ ਆ, ਇਹ ਦੀਦੀ ਉਹਨਾਂ ਨੇ ਬਣਾਈ ਆ। ਸਤਨਾਮ ਇੱਥੇ ਆਵੇ ਹਾਂ ਤੂੰ ਨੀ? ਸਤਨਾਮ ਆ ਇੱਥੇ, ਦੇਖ ਤਾਂ ਸਵਾਦ ਆ, ਦੀਦੀ ਨੇ ਬਣਾਈ ਆ ਸਬਜ਼ੀ। ਅਜੇ ਤਾਂ ਖਾਧੀ ਵੀ ਨੀ ਕਹਿੰਦੇ ਨਾ, ਪਹਿਲਾਂ ਹੀ ਕਹਿ ਤਾ। ਹਾਂਜੀ ਹੁਣ ਸਵਾਦ ਆ, ਹਾਂ ਤੂੰ ਖਾ ਲਾ, ਖਾ ਲਾ। ਲੈ ਬਾਹਰੋਂ ਤੂੰ ਵੀ ਖਾਣੀ ਆ, ਲੈ ਮੇਰੀ ਪਾਰੋ ਵੀ ਖਾਊਗੀ।
ਸਾਹਿਬਜੋਤ ਆ ਜਾ ਦੇ ਦੇ ਵੱਡੀ ਦੀਦੀ ਨੇ ਬਣਾਏ ਹੁਣ ਤੂੰ ਵੀ ਬਣਾਉਣੀ ਸਿੱਖੇਂਗੀ ਨਾ ਹਾਂ ਤੂੰ ਵੀ ਸਿੱਖ ਲਾ ਦੇਖ ਲਾ ਇੱਕ ਦੂਜੇ ਨੂੰ ਹੌਲੀ ਹੌਲੀ ਕਹਿੰਦੇ ਕੰਨ ਚ ਹੈ ਸਵਾਦ ਆ ਹਾਂ ਵੀ ਸਾਹਿਬ ਕਹਿ ਤੂੰ ਕਿਵੇਂ ਸਵਾਦ ਆ ਕਿਵੇਂ ਏਦਾਂ ਆਰਤੀ ਦੇਖ ਤਾਂ ਨੀ ਸਵਾਦ ਬਣਾਈ ਸਬਜ਼ੀ ਨਾਲ ਸਵਾਦ ਆ ਬਾਲੀ ਸਵਾਦ ਆ ਨਹੀਂ ਸਵਾਦ ਆ ਥੋੜੀ ਘੱਟ ਸਵਾਦ ਆ ਬਹੁਤ ਵਧੀਆ ਪ੍ਰੀਤੀ ਆਖਾ ਦੇਖਦਾ ਤੂੰ ਏ ਦੰਦੀ ਵੱਢਣੀ ਸੀ ਮੇਰੇ ਆ ਜਾ ਸਿਮਰੀਏ ਤੂੰ ਵੀ ਭਾਈ ਹੁਣ ਕੁੜੇ ਸਿਮਰਨਾ ਟੇਸਟੀ ਆ ਨਾ ਟੇਸਟੀ ਆ ਕਿਵੇਂ ਸ਼ਹਿਬਾਜ ਨਹੀਂ ਨੋ ਸਵਾਦ ਆ ਚੰਗੀ ਤਰ੍ਹਾਂ ਬੋਲੋ ਸਵਾਦ ਆ ਸਵਾਦ ਆ ਚਲੋ ਵਧਾਈਆਂ ਦਿਓ ਫਿਰ ਕੰਗ੍ਰੈਚੁਲੇਸ਼ਨ ਇੱਕ ਫੁਲਕਾ ਦੇ ਦਿਓ ਮੈਂ ਰਾਤ ਨੂੰ ਰੋਟੀ ਖਾਂਦਾ ਨੀ ਅੱਜ ਤੁਹਾਡੇ ਕਰਕੇ ਫਿਰ ਮੈਨੂੰ ਦੋ ਫੁਲਕੇ ਖਾ ਰਿਹਾ ਮੈਂ ਬਹੁਤ ਸਵਾਦ ਲੱਗੀ ਸਾਹਿਬ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਫਤਿਹ।